ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। 3 ਕੁ ਹਫ਼ਤਿਆਂ ਬਾਅਦ ਲਾਈਵ ਹੋਣ ਦਾ ਟਾਈਮ ਮਿਲਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਕੈਨੇਡਾ ਦੇ ਵਿੱਚ ਹਾਂ ਇਸ ਵੇਲੇ, ਅਤੇ ਕੈਨੇਡਾ ਸਟੂਡੈਂਟ ਵੀਜ਼ਾ ਆਉਣ ਤੋਂ ਪਹਿਲਾਂ ਸਾਰੀ ਲਾਈਵ ਦੇ ਵਿੱਚ ਫੇਸਬੁੱਕ 'ਤੇ ਪ੍ਰਮੋਸ਼ਨ ਜਾਂ ਹੋਰ ਨਿਊਜ਼ਪੇਪਰ ਟੀ ਵੀ ਐਡ ਦੇ ਵਿੱਚ ਵਾਰ ਵਾਰ ਇੱਕੋ ਹੀ ਗੱਲ ਜਿਹੜੀ ਕਹੀ ਜਾ ਰਹੀ ਸੀਗੀ ਉਹ ਇਹ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ, ਕੈਨੇਡਾ ਦੇ ਵਿੱਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਜਾਣਗੇ ਤੁਹਾਡੇ ਕੋਲੋਂ। ਜਦੋਂ ਤੁਹਾਡਾ ਵੀਜ਼ਾ ਲੱਗ ਜਾਏਗਾ ਉਦੋਂ ਤੁਸੀਂ ਪੈਸੇ ਦਿਓਗੇ। ਬਹੁਤ ਸਾਰੇ ਸਟੂਡੈਂਟਸ ਸਾਰੇ ਬ੍ਰਾਂਚਿਸ ਦੇ ਵਿੱਚ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਕਰਨਾਲ, ਹਰ ਜਗ੍ਹਾ ਬਹੁਤ ਸਾਰੇ ਸਟੂਡੈਂਟਸ ਨੇ ਇਸ ਚੀਜ਼ ਦਾ ਫਾਇਦਾ ਉਠਾਇਆ। ਰੈਗੂਲਰ ਬੇਸਿਸ 'ਤੇ ਰੋਜ਼ ਦੇ ਰੋਜ਼ ਵੀਜ਼ਾਜ਼ ਆ ਰਹੇ ਨੇ ਜਿਹੜੇ ਸਟੂਡੈਂਟ ਕੈਨੇਡਾ ਆ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ। ਪਿਛਲੇ 3 ਹਫ਼ਤਿਆਂ ਤੋਂ ਇੱਥੇ ਹੈਗਾ, 3 ਹਫ਼ਤਿਆਂ ਤੋਂ ਦੇਖ ਰਿਹਾ ਕੀ ਹੋ ਰਿਹਾ ਕੈਨੇਡਾ ਦੇ ਸਟੂਡੈਂਟ ਵੀਜ਼ੇ ਦਾ। ਨਾਲ ਇਨ ਟੱਚ ਹੈਗਾ ਫੇਸਬੁੱਕ 'ਤੇ, ਪਿਛਲੇ 2 ਦਿਨ ਤੋਂ ਦੇਖ ਰਿਹਾ ਸੀਗਾ ਵੱਖਰੇ ਵੱਖਰੇ ਏਜੰਟਸ, ਵੱਖਰੇ ਵੱਖਰੇ ਕੰਸਲਟੈਂਟ ਅਲੱਗ ਅਲੱਗ ਤਰੀਕੇ ਦੇ ਨਾਲ ਅਲੱਗ ਅਲੱਗ ਤਰ੍ਹਾਂ ਦਾ ਤੁਹਾਨੂੰ ਪ੍ਰਮੋਸ਼ਨ ਕਰ ਰਹੇ ਨੇ, ਜਾਂ ਦੂਜੇ ਤਰੀਕੇ ਕਹਿ ਲਵਾਂ, ਹਰ ਬੰਦਾ ਆਪਣੇ ਆਪਣੇ ਗੱਲ 'ਚ ਢੋਲ ਵਜਾ ਕੇ ਵੱਖਰੇ ਢੋਲ ਵਜਾਈ ਜਾਂਦਾ, ਵੱਖਰੇ ਢੋਲ ਵਜਾਈ ਜਾਂਦਾ। ਜਦੋਂ ਮੈਂ ਇਹ ਕਹਿੰਦਾ ਉਹਦਾ ਮਤਲਬ ਕੀ ਹੈ ਕਿ ਜਿਵੇਂ ਮੈਂ ਪ੍ਰਮੋਸ਼ਨ ਕਰ ਰਿਹਾ, ਜਾਂ ਮੈਂ ਸਾਫ਼ ਸਾਫ਼ ਸ਼ਬਦਾਂ 'ਚ ਕਹਿ ਰਿਹਾ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਿੱਤੇ ਜਾਣਗੇ, ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਇਸੇ ਚੀਜ਼ ਦੇ ਮਗਰ ਪੈ ਗਏ ਕਿ ਭਾਈ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਿੱਦਾਂ ਕੋਈ ਲੈ ਸਕਦਾ, ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨਾ ਦਿਓ। ਇੱਥੋਂ ਤੱਕ ਵੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨਾ ਦਿਓ, ਪਹਿਲਾਂ ਪੈਸੇ ਦਿਓ ਅਤੇ ਪਹਿਲਾਂ ਪੈਸੇ ਦੇ ਕੇ ਜਾਓ। ਜੇ ਆਪਾਂ ਪਿਛਲੇ 2-4 ਸਾਲਾਂ ਦੀ ਗੱਲ ਕਰ ਲਈਏ ਤਾਂ ਵੱਖਰੀਆਂ ਵੱਖਰੀਆਂ ਕੰਟਰੀਆਂ ਦੇ ਵਿੱਚ ਸਟੂਡੈਂਟਸ ਪੰਜਾਬ ਤੋਂ ਪੜ੍ਹਾਈ ਕਰਨ ਜਾਂਦੇ ਨੇ। ਬਹੁਤ ਸਾਰੇ ਸਟੂਡੈਂਟਸ ਇਹਨਾਂ 'ਚੋਂ ਪੈਸੇ ਪਹਿਲਾਂ ਦੇ ਦਿੰਦੇ ਨੇ, ਕੋਈ GIC ਪਹਿਲਾਂ ਦੇ ਰਿਹਾ, ਕੋਈ ਆਪਣੀ ਆਸਟ੍ਰੇਲੀਆ ਦੇ ਵਿੱਚ OSHC ਦੇ ਪੈਸੇ, ਇੰਸ਼ੋਰੈਂਸ ਦੇ ਪੈਸੇ ਪਹਿਲਾਂ ਦੇ ਰਿਹਾ, ਕਿਤੇ ਕੋਈ ਅੰਬੈਸੀ ਫੀਸ ਪਹਿਲਾਂ ਦੇ ਰਿਹਾ। ਜਿਹੜਾ ਬੰਦਾ ਇਹ ਕਹਿ ਰਿਹਾ ਕਿ ਸਾਰੇ ਪੈਸੇ ਤੁਸੀਂ ਬਾਅਦ ਵਿੱਚ ਨਾ ਦਿਓ, ਪੈਸੇ ਪਹਿਲਾਂ ਦਿਓ, ਜਿੱਥੇ ਤੁਹਾਡਾ ਨੁਕਸਾਨ ਹੋ ਜਾਂਦਾ, ਜਿੱਥੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਬਿਕੋਜ਼ ਐਂਡ ਆਫ ਦੀ ਡੇ ਜਿਹੜਾ ਵੀਜ਼ਾ ਲੱਗਣਾ ਉਹ ਇੱਕ ਅੰਬੈਸੀ ਨੇ ਵੀਜ਼ਾ ਲਾ ਕੇ ਦੇਣਾ, ਉਸ ਅੰਬੈਸੀ ਨੇ ਵੀਜ਼ਾ ਗ੍ਰਾਂਟ ਜਾਂ ਵੀਜ਼ਾ ਰਿਫਿਊਜ਼ ਕਰਨਾ, ਉਹਦੇ ਵਿੱਚ ਕੋਈ ਏਜੰਟ, ਕੋਈ ਕੰਸਲਟੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਜ਼ੋਰ ਨਹੀਂ ਰੱਖਦਾ ਕਿ ਉਹ ਅੰਬੈਸੀ ਤੋਂ ਤੁਹਾਨੂੰ ਵੀਜ਼ਾ ਸਕਸੈਸ ਰੇਟ 100% ਕਹਿ ਕੇ ਦੇ ਦੇ। ਇਹ ਵੀ ਇੱਕ ਪ੍ਰਮੋਸ਼ਨ ਹੁਣ 100% ਦੀ ਗੱਲ ਹੋਈ ਹੈ, ਤਾਂ ਇਹ ਵੀ ਵੱਖਰਾ ਹੀ ਢੋਲ ਵੱਜ ਰਿਹਾ ਕਿ ਜੀ 100% ਵੀਜ਼ਾ ਲਵਾ ਕੇ ਦੇਵਾਂਗੇ। ਬਹੁਤ ਸਾਰੇ ਲੋਕ ਜਿਹਨਾਂ ਦੇ ਆਪਣੇ ਕੈਨੇਡਾ ਦੇ ਵੀਜ਼ੇ ਨਹੀਂ ਲੱਗੇ ਹੋਏ, ਬਹੁਤ ਸਾਰੇ ਲੋਕ ਜਿਹੜੇ ਆਪ ਕਦੀ ਕੈਨੇਡਾ ਸ਼ਾਇਦ ਟਰੈਵਲ ਨਹੀਂ ਕੀਤੇ, ਉਹਨਾਂ ਦੇ ਫੇਸਬੁੱਕ ਪੇਜ 'ਤੇ ਮੈਂ ਪੜ੍ਹਦਾ ਕਿ ਉਹਨਾਂ ਨੇ ਫੇਸਬੁੱਕ ਦੇ ਉੱਤੇ ਪ੍ਰਮੋਸ਼ਨ ਕੀਤੀ ਹੋਈ 100% ਵੀਜ਼ਾ। ਹੁਣ 100% ਵੀਜ਼ਾ ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਦੋ ਹੀ ਜਣੇ ਦੇ ਸਕਦੇ ਆ 100% ਵੀਜ਼ਾ। ਇੱਕ ਤਾਂ ਜਿਹਨੂੰ ਆਪਾਂ ਕਹਿੰਦੇ ਹਾਂ ਰੱਬ, ਵਿਚ ਮੀਨਸ ਗੋਡ, ਦੂਜਾ ਫਰੋਡ। ਹੁਣ ਤੁਸੀਂ ਦੇਖਣਾ ਕਿ ਕੀ ਉਹ 100% ਵੀਜ਼ੇ ਨੂੰ ਤੁਸੀਂ ਆਪਣੇ ਗੱਲ 'ਚੋਂ ਥੱਲੇ ਕਿੱਦਾਂ ਹੋਣ ਦਿੰਦੇ ਹੋ, ਜਾਂ ਕਿੱਦਾਂ ਤੁਹਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਕੋਈ ਬੰਦਾ ਤੁਹਾਨੂੰ ਵੀਜ਼ੇ ਦੀ ਗਰੰਟੀ ਦੇ ਸਕਦਾ।
ਪੈਸੇ ਪਹਿਲਾਂ ਦਿਓ ਜੀ, ਪੈਸੇ ਬਾਅਦ ਦੇ ਵਿੱਚ ਨਾ ਦਿਓ। ਇਹ ਬੜੀ ਵਧੀਆ ਚੀਜ਼ ਵਾਰ ਵਾਰ ਲੋਕਾਂ ਨੇ ਕਹਿਣੀ ਸ਼ੁਰੂ ਕਰਤੀ। ਕੁਛ ਦੋ ਚਾਰ ਕੰਸਲਟੈਂਟ ਭਰਾਵਾਂ ਨੇ ਮੈਨੂੰ ਇੱਥੋਂ ਤੱਕ ਫੋਨ ਕਰਕੇ ਕਿਹਾ ਕਿ ਭਾਅ ਜੀ ਤੁਹਾਡੀ ਪ੍ਰਮੋਸ਼ਨ ਤੋਂ ਬਾਅਦ ਲੋਕ ਸਾਡੇ ਕੋਲੋਂ ਫਾਈਲ ਚੁੱਕ ਕੇ ਲੈ ਗਏ ਕਿ ਤੁਸੀਂ ਸਾਡੇ ਤੋਂ ਫੰਡਾਂ ਦੇ ਪੈਸੇ ਪਹਿਲਾਂ ਮੰਗੇ ਸੀ, ਤੁਸੀਂ ਸਾਡੇ ਤੋਂ ਅੰਬੈਸੀ ਦੀ ਫੀਸ ਪਹਿਲਾਂ ਮੰਗੀ ਸੀ, ਤੁਸੀਂ ਕਾਲਜ ਦੀ ਫੀਸ ਮੰਗੀ ਸੀ, GIC ਟ੍ਰਾਂਸਫਰ ਕਰਾਈ ਸੀ। ਫਿਰ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਜਿਹੜੇ ਐਡਮਿਸ਼ਨਾਂ ਕਰਾ ਰਹੇ ਹਾਂ ਜੀ ਫੀਸ ਆਫਟਰ ਵੀਜ਼ਾ ਦੇ ਵਿੱਚ, ਇਹ ਐਡਮਿਸ਼ਨ ਸਿਰਫ ਪ੍ਰਾਈਵੇਟ ਕਾਲਜ ਦੇ ਵਿੱਚ ਹੁੰਦੀ ਹੈ, ਇਹ ਉਹਨਾਂ ਕਾਲਜਾਂ ਦੇ ਵਿੱਚ ਹੁੰਦੀ ਹੈ ਜੀ ਜਿਨ੍ਹਾਂ ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਦਾ। ਸੋ ਮੈਂ ਅੱਗੇ ਵੀ ਇਹ ਗੱਲ ਕਹੀ ਸੀ, ਮੈਂ ਅੱਜ ਫਿਰ ਇਹ ਗੱਲ ਕਹਿੰਦਾ, ਇਰਰਿਸਪੈਕਟਿਵ ਆਫ ਤੁਸੀਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ, ਸਾਰੇ ਪੈਸੇ ਮਤਲਬ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹਦੇ ਵਿੱਚ ਕਾਲਜ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਂ, ਜੇ ਤੁਸੀਂ ਉਸ ਕਾਲਜ ਲਈ ਐਲੀਜੀਬਲ ਹੀ ਨਹੀਂ ਹੈਗੇ, ਜੇ ਤੁਹਾਨੂੰ ਉਸ ਕਾਲਜ ਦੇ ਵਿੱਚ ਦਾਖਲਾ ਹੀ ਨਹੀਂ ਮਿਲ ਸਕਦਾ, ਜਾਂ ਉਸ ਕਾਲਜ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੈਂ ਭਾਈ ਇਸੇ ਇਨਟੇਕ ਦੇ ਵਿੱਚ ਜਾਣਾ, ਮੈਂ ਅਗਲੇ 2 ਮਹੀਨਿਆਂ ਦੇ ਅੰਦਰ ਅੰਦਰ ਕੈਨੇਡਾ ਪਹੁੰਚਣਾ ਚਾਹੁੰਦਾ, ਫਿਰ ਤੁਹਾਨੂੰ ਆਪਣੀ ਚੋਇਸ ਦਾ ਕਾਲਜ ਨਹੀਂ ਮਿਲਦਾ। ਤੁਸੀਂ ਚੰਗੇ ਬੈਂਡ ਲਿੱਤੇ ਆ, 6.5 ਬੈਂਡ ਹੈ, 6 ਈਚ ਹੈਗੇ ਆ, ਤੁਸੀਂ ਚੰਗਾ ਸਕੋਰ ਕੀਤਾ ਆਪਣੀ ਪਲੱਸ ਟੂ ਦੇ ਵਿੱਚ, ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਨਹੀਂ ਹੈਗਾ, ਔਰ ਤੁਹਾਨੂੰ ਲੱਗਦਾ ਇੱਕ ਚੰਗੀ ਯੂਨੀਵਰਸਿਟੀ, ਚਾਹੇ ਉਹ ਮੈਗਿਲ ਹੈ, ਚਾਹੇ ਯੂਨੀਵਰਸਿਟੀ ਆਫ ਟੋਰੋਂਟੋ ਹੈ, ਕੋਈ ਵੀ ਕਾਲਜ ਯੂਨੀਵਰਸਿਟੀ ਤੁਹਾਨੂੰ ਇਹ ਕਹਿੰਦੀ ਹੈ ਕਿ ਤੁਸੀਂ ਐਲੀਜੀਬਲ ਹੋ ਐਡਮਿਸ਼ਨ ਲੈਣ ਲਈ, ਮੈਂ ਉਸ ਕਾਲਜ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਡਾ ਦਾਖਲਾ ਕਰਾਊਂਗਾ, ਉਹਦੇ ਵਿੱਚ ਵੀ ਪੈਸੇ ਜਿਹੜੇ ਲੱਗਣਗੇ, ਵੀਜ਼ਾ ਲੱਗਣ ਤੋਂ ਬਾਅਦ ਪੈਸੇ ਦਿੱਤੇ ਜਾਣਗੇ, ਉਹਦੇ ਵਿੱਚ ਵੀ ਪੈਸੇ ਪਹਿਲਾਂ ਨਹੀਂ ਦਿੱਤੇ ਜਾਣਗੇ ਕੋਈ ਵੀ। ਫਿਰ ਦੂਜੀ ਚੀਜ਼ ਬੜੀ ਵਧੀਆ ਸਾਹਮਣੇ ਆਈ ਜੀ ਕਿ ਜਿਹੜਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਉਹ ਪੈਸੇ ਜ਼ਿਆਦਾ ਲੈ ਰਹੇ ਹੋ ਜੀ, ਜਿਹੜੀ ਚੀਜ਼ ਦੇ ਪੈਸੇ ਘੱਟ ਲੱਗਦੇ ਨੇ ਉਸ ਚੀਜ਼ ਦੇ ਉੱਤੇ ਵੱਧ ਪੈਸੇ ਲਿੱਤੇ ਜਾ ਰਹੇ ਨੇ। ਦੇਖੋ ਬੜੀ ਸਾਫ਼ ਜੀ ਗੱਲ ਹੈ, ਇੱਕ ਵਪਾਰ ਹੈ, ਜੇ ਤੁਹਾਡੇ ਸਾਰੇ ਪੈਸੇ ਕੋਲੋਂ ਲੱਗ ਰਹੇ ਨੇ, ਰੱਬ ਨਾ ਕਰੇ ਜਿਹਦਾ ਵੀਜ਼ਾ ਰਿਫਿਊਜ਼ ਹੁੰਦਾ, ਜਦੋਂ ਉਹ ਵੀਜ਼ਾ ਰਿਫਿਊਜ਼ ਹੁੰਦਾ ਉਹਦੇ ਵਿੱਚ ਕੁਛ ਨਾ ਕਰਦੇ ਕਰਦੇ ਵੀ ਅੰਬੈਸੀ ਫੀਸਾਂ ਦੇ ਪੈਸੇ, ਕਾਲਜ ਨੂੰ ਫੀਸ ਭੇਜ ਕੇ ਉਹ ਫੀਸ ਵਾਪਸ ਲੈਣ ਦੇ ਪੈਸੇ ਉਹਦੇ ਵਿੱਚ ਕਟੌਤੀ ਹੁੰਦੀ ਹੈ, GIC ਭੇਜ ਕੇ GIC ਵਾਪਸ ਲੈਣ ਦੇ ਪੈਸੇ ਉਹਦੇ ਵਿੱਚ ਕਟੌਤੀ ਹੁੰਦੀ ਹੈ, ਉਹ ਸਾਰੇ ਪੈਸਿਆਂ ਦਾ ਜੇ ਹਿਸਾਬ ਲਾ ਲਓ ਤਾਂ 1-1.5 ਲੱਖ ਰੁਪਇਆ ਕੈਨੇਡਾ 'ਚ ਔਰ 2-2.5 ਲੱਖ ਰੁਪਏ ਦਾ ਆਸਟ੍ਰੇਲੀਆ ਦੇ ਵਿੱਚ ਨੁਕਸਾਨ ਹੁੰਦਾ ਕਿਸੇ ਸਟੂਡੈਂਟ ਨੂੰ ਜਦੋਂ ਉਹਦਾ ਵੀਜ਼ਾ ਰਿਫਿਊਜ਼ ਹੁੰਦਾ। ਸੋ ਉਹ ਨੁਕਸਾਨ ਜਦੋਂ ਮੈਂ ਆਪਣੀ ਕੰਪਨੀ ਦੇ ਸਿਰ ਦੇ ਉੱਤੇ ਪਾ ਰਿਹਾ ਤਾਂ ਫਿਰ ਮੈਨੂੰ ਹੱਕ ਬਣਦਾ ਕਿ ਮੈਂ ਤੁਹਾਡੇ ਤੋਂ ਉਨੇ ਕੁ ਪੈਸੇ ਚਾਰਜ ਕਰਾਂ ਕਿ ਮੇਰਾ ਉਹ ਨੁਕਸਾਨ ਪੂਰਾ ਹੁੰਦਾ ਹੋਏ। ਫਿਰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਕਿ ਜਿਹੜੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਹੈ ਉਹਦੇ ਵਿੱਚ ਇਹ ਪੁੱਛੋ ਕਿ ਸਕਸੈਸ ਰੇਟ ਕੀ ਹੈ। ਜੇ ਸਕਸੈਸ ਰੇਟ ਨਹੀਂ ਆ ਰਿਹਾ ਹੋਊਗਾ, ਜੇ ਸਕਸੈਸ ਰੇਟ ਘੱਟ ਹੋਊਗਾ, ਫਿਰ ਕਿਸ ਤਰ੍ਹਾਂ ਮੈਂ ਇਹ ਚੀਜ਼ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਮੈਂ ਆਪ ਰਿਸਕ ਲੈ ਰਿਹਾ, ਵੀਜ਼ੇ ਲੱਗਦੇ ਨੇ ਤਾਂ ਰਿਸਕ ਲੈ ਰਿਹਾ, ਰੋਜ਼ ਦੇ ਰੋਜ਼ ਜਿਸ ਦਿਨ ਦੇ ਵੀਜ਼ੇ ਦੇਖਣੇ ਚਾਹੁੰਦੇ ਹੋ ਉਸ ਤਰੀਕ ਦੇ ਵੀਜ਼ੇ ਦੇਖਣ ਨੂੰ ਮਿਲਣਗੇ, ਜਿਹੜੀ ਮਰਜ਼ੀ ਬ੍ਰਾਂਚ ਵਿਜ਼ਿਟ ਕਰ ਲਓ, ਵੀਜ਼ੇ ਦੇਖੋ, ਉਹਨਾਂ ਸਾਰੇ ਸਟੂਡੈਂਟਸ ਨਾਲ ਗੱਲ ਕਰ ਲਓ, ਮਿਲ ਲਓ, ਫਿਰ ਪਤਾ ਲੱਗੂਗਾ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਵਿੱਚ ਵੀ ਵੀਜ਼ਾ ਆਉਂਦਾ ਹੈ। ਇੱਕ ਦੋ ਲੋਕਾਂ ਨੇ ਆਪਣੇ ਫੇਸਬੁੱਕ ਲਾਈਵ ਦੇ ਵਿੱਚ ਕਿਹਾ ਕਿ ਅੰਬੈਸੀ ਅਲਾਓ ਨਹੀਂ ਕਰਦੀ ਕਿ ਤੁਸੀਂ ਪੈਸੇ ਏਜੰਟ ਪੈਸੇ ਤੁਹਾਡੇ ਖਰਚ ਰਿਹਾ ਹੈ ਅਤੇ ਤੁਸੀਂ ਪੈਸੇ ਨਹੀਂ ਖਰਚ ਰਹੇ। ਮੈਂ ਇੱਕ ਸਿੰਪਲ ਜਿਹਾ ਸਵਾਲ ਉਹ 'ਚ ਪੁੱਛਣਾ ਚਾਹੁੰਦਾ ਕਿ ਕੀ ਜਿਹੜੀ ਅੰਬੈਸੀ ਅਲਾਓ ਨਹੀਂ ਕਰਦੀ, ਉਹ ਕੈਨੇਡਾ ਦੀ ਆਸਟ੍ਰੇਲੀਆ ਦੀ ਅੰਬੈਸੀ ਹੈ, ਕੀ ਜਦੋਂ UK ਦੇ ਵਿੱਚ ਲੋਕਾਂ ਦੇ ਪੈਸੇ ਡੁੱਬੇ ਸੀਗੇ 2009-2010 ਦੀ ਗੱਲ ਕਰਦਾ ਵਾ, ਟਾਇਰ 4 ਸ਼ੁਰੂ ਹੋਇਆ ਸੀ UK ਦੇ ਵਿੱਚ,
ਕਿ ਜਦੋਂ ਉਦੋਂ ਕਰੋੜਾਂ ਹੀ ਰੁਪਈਆ ਸਟੂਡੈਂਟਸ ਦਾ ਯੂਕੇ ਦੇ ਕਾਲਜਾਂ ਨੇ ਰੱਖ ਲਿਆ ਸੀ, ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਯੂਰਪ ਦੀ ਗੱਲ ਕਰ ਲਈਏ, ਸ਼ੈਨੇਗਨ ਦੀ ਗੱਲ ਕਰ ਲਈਏ, ਕੋਈ ਬੰਦਾ ਸ਼ੈਨੇਗਨ ਦੇ ਵਿੱਚ ਚੈੱਕ ਰਿਪਬਲਿਕ ਭੇਜ ਰਿਹਾ, ਕੋਈ ਲਾਟਵੀਆ ਭੇਜ ਰਿਹਾ, ਜਦੋਂ ਉੱਥੇ ਪੈਸੇ ਪਹਿਲਾਂ ਚਲ ਜਾਂਦੇ ਆ, ਉਹਨਾਂ ਪੈਸਿਆਂ ਦੇ ਵਾਪਸ ਆਉਣ ਦੀ ਗਰੰਟੀ ਕੀ ਉਹ ਅੰਬੈਸੀ ਲੈਂਦੀ ਹੈ? ਕੀ ਕੈਨੇਡੀਅਨ ਅੰਬੈਸੀ ਤੁਹਾਨੂੰ ਇਹ ਗਰੰਟੀ ਦਿੰਦੀ ਹੈ ਕਿ ਅੱਜ ਤੁਸੀਂ ਪੈਸੇ ਪਹਿਲੇ ਭੇਜ ਦਿਓ ਅਤੇ ਉਹ ਪੈਸੇ ਮੁੜ ਜਾਣਗੇ? ਮੈਂ ਦੋ ਦੋ ਤਿੰਨ ਤਿੰਨ ਮਹੀਨੇ ਦੇਖਿਆ ਕਿ ਸਟੂਡੈਂਟਸ ਦੇ ਕਾਲਜਾਂ ਤੋਂ ਸਟੂਡੈਂਟਸ ਦੇ ਜੀ ਆਈ ਸੀ 'ਚੋਂ ਰੀਫੰਡ ਵਾਪਸ ਨਹੀਂ ਆਉਂਦੇ ਦੋ ਦੋ ਤਿੰਨ ਤਿੰਨ ਮਹੀਨੇ, ਔਰ ਕਿਸ ਤਰੀਕੇ ਨਾਲ ਕਿਹੜੇ ਬੰਦੇ ਨੇ ਪੈਸੇ ਦਿੱਤੇ ਹੁੰਦੇ ਆ, ਇਹ ਸਾਰਾ ਸਾਨੂੰ ਸਭ ਨੂੰ ਪਤਾ ਹੈ। ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਨੌਰਥ ਇੰਡੀਆ 'ਚ ਕਿਤੇ ਵੀ ਜੇ 12-15 ਲੱਖ ਰੁਪਇਆ ਸਟੂਡੈਂਟ ਦਾ ਲੱਗਦਾ, ਉਹ ਪੈਸੇ ਉਹ ਕਿਸ ਤਰੀਕੇ ਦੇ ਨਾਲ ਦੇ ਰਿਹਾ, ਉਹ ਪੈਸੇ ਉਹ ਕਿੱਥੋਂ ਫੜ ਕੇ ਕਿੱਦਾਂ ਅਰੇਂਜ ਕਰਕੇ ਦੇ ਰਿਹਾ ਕਿ ਉਹ ਪੈਸੇ ਫੜ ਕੇ 3 ਮਹੀਨੇ ਬਾਅਦ ਉਹ ਪੈਸੇ ਵਾਪਸ ਦੇਣੇ ਪੈਂਦੇ ਆ ਜਦੋਂ ਔਰ ਹੱਥ ਵਿੱਚ ਰਿਫਿਊਜ਼ਲ ਹੁੰਦੀ ਆ ਉਸ ਵੇਲੇ ਉਸ ਸਟੂਡੈਂਟ 'ਤੇ ਜਾਂ ਉਹਦੇ ਮਾਂ ਬਾਪ 'ਤੇ ਜਿਨ੍ਹਾਂ ਨੇ ਉਹ ਪੈਸੇ ਅਰੇਂਜ ਕੀਤੇ ਹੁੰਦੇ ਆ, ਕੀ ਬੀਤੀ ਹੈ। ਸੋ ਜਿਵੇਂ ਕਿ ਇਸ ਲਾਈਵ ਦਾ ਮੈਂ ਟੌਪਿਕ ਵੀ ਪਾਇਆ, ਜਿਹੜਾ ਟਾਈਟਲ ਲਿਖਿਆ ਉਹ ਲਿਖਿਆ ਇਫ ਯੂ ਕੈਨੋਟ ਕਨਵਿੰਸ ਦੈਮ ਕਨਫਿਊਜ਼ ਦੈਮ। ਸੋ ਇਹ ਚੀਜ਼ ਹੋ ਰਹੀ ਹੈ ਪੰਜਾਬ ਦੇ ਵਿੱਚ ਕਿ ਬੱਚੇ ਨੂੰ ਕਨਵਿੰਸ ਤਾਂ ਕਰ ਨਹੀਂ ਸਕਦੇ ਨਾ ਕਿ ਭਾਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨੂੰ ਜਸਟੀਫਾਈ ਕਿੱਦਾਂ ਕਰੋਗੇ। ਜਿਹੜੇ ਬੰਦੇ ਇਹ ਕੰਮ ਨਹੀਂ ਕਰ ਸਕਦੇ, ਜਿਹੜੇ ਪੈਸੇ ਪੱਲਿਓਂ ਨਹੀਂ ਲਾ ਪਾ ਰਹੇ, ਉਹ ਇਸ ਤਰ੍ਹਾਂ ਤੁਹਾਨੂੰ ਕਨਫਿਊਜ਼ ਕਰ ਰਹੇ ਨੇ ਕਿ ਪੈਸੇ ਪਹਿਲਾਂ ਦਿਓ, ਪੈਸੇ ਬਾਅਦ ਦੇ ਵਿੱਚ ਨਾ ਦਿਓ। ਉਹਨਾਂ ਤੋਂ ਗਰੰਟੀ ਲੈ ਲਓ, ਉਹਨਾਂ ਦੇ ਚੈੱਕ ਲੈ ਲਓ। ਮੈਂ ਨਹੀਂ ਕਹਿੰਦਾ ਮੇਰੇ ਕੋਲੋਂ ਆ ਕੇ ਫਾਈਲ ਲਵਾਓ, ਮੇਰੇ ਕੋਲੋਂ ਆ ਕੇ ਫਾਈਲ ਬਿਲਕੁਲ ਨਾ ਲਵਾਓ, ਤਾਂ ਲਵਾਓ ਜੇ ਤੁਹਾਨੂੰ ਲੱਗਦਾ ਕਿ ਹਾਂ ਵੀਜ਼ਾ ਲੱਗ ਸਕਦਾ ਔਰ ਤੁਸੀਂ ਪੈਸੇ ਬਾਅਦ ਦੇ ਵਿੱਚ ਖਰਚਣ ਦੇ ਇੱਛੁੱਕ ਹੋ। ਤੁਹਾਨੂੰ ਲੱਗਦਾ ਤੁਹਾਡਾ ਵੀਜ਼ਾ ਲੱਗ ਸਕਦਾ, ਪੈਸੇ ਤੁਸੀਂ ਪਹਿਲਾਂ ਦੇਣ ਨੂੰ ਤਿਆਰ ਹੋ, 2-3 ਮਹੀਨੇ ਬਾਅਦ ਉਹ ਪੈਸੇ ਰੀਫੰਡ ਲੈਣ ਨੂੰ ਤਿਆਰ ਹੋ, ਜ਼ਰੂਰ ਕਿਸੇ ਹੋਰ ਕੰਸਲਟੈਂਟ ਕੋਲ ਜਾਓ ਜਿਹੜਾ ਉਹ ਪੈਸੇ ਪਹਿਲਾਂ ਭੇਜ ਦੂਗਾ ਅੰਬੈਸੀ ਨੂੰ, ਜਿਹੜਾ ਉਹ ਪੈਸੇ ਪਹਿਲਾਂ ਭੇਜ ਦੂਗਾ ਯੂਨੀਵਰਸਿਟੀ ਨੂੰ, ਕਾਲਜ ਨੂੰ, ਜੀ ਆਈ ਸੀ ਨੂੰ, ਔਰ ਜਦੋਂ ਤੁਹਾਡੇ ਉਹ ਪੈਸੇ ਵਾਪਸ ਆਉਣਗੇ ਉਦੋਂ ਜੋ ਕੱਟਦਾ ਹੋਊਗਾ ਉਹ ਉਸ ਕੰਸਲਟੈਂਟ ਤੋਂ ਵਾਪਸ ਲੈ ਲਓ। ਤੁਸੀਂ ਰਿਫਿਊਜ਼ਡ ਹੋ, ਤੁਹਾਡੇ ਪੜ੍ਹਾਈ ਦੇ ਵਿੱਚ ਗੈਪ ਹੈ, ਆਇਲਸ ਦੇ ਵਿੱਚ ਇੱਕ ਬੈਂਡ 'ਚ 5 ਸਕੋਰ ਹੈ, 5.5 ਸਕੋਰ ਹੈ ਇੱਕ ਮੋਡਿਊਲ ਦੇ ਵਿੱਚ, ਕੋਈ ਪ੍ਰੋਬਲਮ ਨਹੀਂ, ਸਾਰੇ ਪੈਸੇ ਤੁਹਾਡੇ ਤੋਂ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲਿੱਤੇ ਜਾਣਗੇ। ਹੁਣ ਇਸ ਗੱਲ ਤੋਂ ਬਾਅਦ ਅੱਗੇ ਆ ਜਾਈਏ ਆਪਾਂ, ਹੁਣ ਕੈਨੇਡਾ ਦੇ ਵਿੱਚ ਇਸ ਵੇਲੇ ਹਾਲਾਤ ਕੀ ਨੇ। 26 ਅਕਤੂਬਰ ਇਸ ਸਾਲ 2019 ਦੇ ਵਿੱਚ ਕੈਨੇਡਾ ਦੇ ਫੈਡਰਲ ਗਵਰਨਮੈਂਟ ਦੇ ਇਲੈਕਸ਼ਨ ਹੋਣੇ ਆ। ਮੈਂ ਇੰਡੀਆ ਤੋਂ ਤੁਰਨ ਤੋਂ ਪਹਿਲਾਂ ਵੀ ਇਹ ਗੱਲ ਪ੍ਰਮੋਟ ਕੀਤੀ ਸੀਗੀ, ਉਦੋਂ ਵੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਗਵਰਨਮੈਂਟ ਇਸ ਵੇਲੇ ਲਿਬਰਲ ਗਵਰਨਮੈਂਟ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈ, ਬਹੁਤ ਜ਼ਿਆਦਾ ਚਾਂਸਿਸ ਨੇ, ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਹੈ ਕਿ 26 ਅਕਤੂਬਰ ਨੂੰ ਜਿਹੜੇ ਇਲੈਕਸ਼ਨ ਹੋਣੇ ਆ ਫੈਡਰਲ ਗਵਰਨਮੈਂਟ ਦੇ, ਦੇਅਰ ਇਜ਼ ਗੋਇੰਗ ਟੂ ਬੀ ਅ ਚੇਂਜ ਆਫ ਗਵਰਨਮੈਂਟ ਔਰ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾਏਗੀ। ਜੇ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾਉਂਦੀ ਹੈ, ਗੂਗਲ ਤੁਹਾਡੇ ਕੋਲ ਹੈ, ਗੂਗਲ 'ਤੇ ਜਾਓ, ਜਾ ਕੇ ਪੜ੍ਹ ਲਓ ਅੱਜ ਤੱਕ ਇਮੀਗ੍ਰੇਸ਼ਨ ਕੈਨੇਡਾ ਦੀ ਚੰਗੇ ਤਰੀਕੇ ਦੇ ਨਾਲ ਕਦੋਂ ਖੁੱਲ੍ਹੀ ਹੈ। ਸਿਰਫ 2 ਵਾਰੀ ਖੁੱਲ੍ਹੀ ਹੈ, 1 ਵਾਰੀ ਐਤਕੀ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀ, 1 ਵਾਰੀ ਇਸ ਤੋਂ ਪਿਛਲੀ ਵਾਰੀ ਜਦੋਂ ਜਸਟਿਨ ਟਰੂਡੋ ਦੇ ਫਾਦਰ ਪ੍ਰਧਾਨ ਮੰਤਰੀ ਸੀਗੇ। ਜੇ ਆਪਾਂ 1984 ਦੀ ਗੱਲ ਕਰ ਲਈਏ, 1984 ਤੋਂ 1990 ਦੇ ਵਿੱਚ ਟਰੂਡੋ ਦੇ ਫਾਦਰ ਕੈਨੇਡਾ ਦੇ ਪ੍ਰਧਾਨ ਮੰਤਰੀ ਸੀਗੇ, ਉਦੋਂ ਖੁੱਲ੍ਹ ਕੇ ਇਮੀਗ੍ਰੇਸ਼ਨ ਹੋਈ ਹੈ। ਪੰਜਾਬ ਤੋਂ ਕੀ ਵਰਲਡ ਤੋਂ ਹਰ ਕੰਟਰੀ ਤੋਂ ਇਮੀਗ੍ਰੈਂਟਸ, ਸਟੂਡੈਂਟਸ ਹਰ ਤਰ੍ਹਾਂ ਦੇ ਵੀਜ਼ੇ ਲੈ ਕੇ ਕੈਨੇਡਾ ਆਏ, ਸੇਮ ਚੀਜ਼ ਹੁਣ ਰਿਪੀਟ ਹੋਈ। ਸੋ ਇਫ ਦ ਗਵਰਨਮੈਂਟ ਡਜ਼ਨਟ ਰਿਪੀਟ, 26 ਅਕਤੂਬਰ ਤੋਂ ਬਾਅਦ ਕੈਨੇਡਾ ਦੇ ਸਟੂਡੈਂਟ ਵੀਜ਼ੇ ਜਾਂ PR ਦੇ ਵਿੱਚ ਬਹੁਤ ਜ਼ਿਆਦਾ ਸਖਤੀ ਜਿਹੜੀ ਹੈਗੀ ਹੈ ਉਹ ਆਉਣ ਦੇ ਆਸਾਰ ਹੈਗੇ ਆ। ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ,
ਮੇਰੀ ਸਲਾਹ ਤੁਹਾਨੂੰ ਇਹ ਹੈ ਕਿ ਉਸ ਤੋਂ ਪਹਿਲਾਂ ਵੀਜ਼ਾ ਅਪਲਾਈ ਕਰ ਲਓ, ਉਸ ਤੋਂ ਪਹਿਲਾਂ ਕੈਨੇਡਾ ਪਹੁੰਚ ਜਾਓਗੇ, ਫਿਰ ਉਹ ਵਾਲੇ ਰੂਲਸ ਦੇ ਅੰਦਰ ਆਉਂਦੇ ਹੋ ਜਿਹੜੇ ਰੂਲ ਅੱਜ ਦੀ ਡੇਟ ਦੇ ਵਿੱਚ ਹੈਗੇ ਨੇ। 26 ਅਕਤੂਬਰ ਤੋਂ ਬਾਅਦ ਦੇਖੋ ਜਦੋਂ ਵੀ ਕੋਈ ਵੀ ਕੰਟਰੀ ਦੇ ਵਿੱਚ ਸਰਕਾਰ ਬਦਲਦੀ ਹੈ, ਕੋਈ ਕੰਟਰੀ ਅਖਬਾਰ ਦੇ ਵਿੱਚ ਗੌਰਮੈਂਟ ਨਹੀਂ ਕਢਾਉਂਦੀ ਕਿ ਕੱਲ੍ਹ ਤੋਂ ਵੀਜ਼ੇ ਸਖ਼ਤ ਹੋ ਜਾਣਗੇ, ਕੋਈ ਇਹ ਚੀਜ਼ ਕਿਤੇ ਨਹੀਂ ਛੱਪਦੀ ਕਿ ਵੀਜ਼ੇ ਲੱਗਣੇ ਬੰਦ ਹੋ ਜਾਣਗੇ, ਕੋਈ ਕਿਸੇ ਵੀ ਤਰ੍ਹਾਂ ਦੀ ਇਸ ਚੀਜ਼ ਦੀ ਤੁਹਾਨੂੰ ਇਤਲਾਹ ਨਹੀਂ ਦਿੱਤੀ ਜਾਂਦੀ। ਇਹ ਤੁਹਾਡੇ ਸਾਹਮਣੇ ਉਦੋਂ ਆਉਂਦਾ ਜਦੋਂ ਤੁਸੀਂ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਲਾ ਕੇ ਦੇਖਦੇ ਹੋ ਕਿ ਹਾਂ ਕੈਨੇਡਾ ਦੇ ਵਿੱਚ ਜਿੱਥੇ ਭਰ ਭਰ ਕੇ ਵੀਜ਼ੇ ਲੱਗ ਰਹੇ ਸੀ ਉੱਥੇ ਉਹ ਵੀਜ਼ੇ ਲੱਗਣੇ ਬੰਦ ਹੋ ਗਏ, ਉੱਥੇ ਉਹ ਵੀਜ਼ੇ ਲੱਗਣੇ ਘੱਟ ਗਏ। ਸੋ ਜਿਸ ਦਿਨ ਉਹ ਟਾਈਮ ਆਜੂਗਾ ਉਦੋਂ ਉਸ ਤੋਂ ਬਾਅਦ ਜਿਹੜਾ ਪਾਣੀ ਲੰਘ ਗਿਆ ਉਹ ਫੜਿਆ ਨਹੀਂ ਜੇ ਜਾਣਾ। ਉਸ ਤੋਂ ਬਾਅਦ ਫਿਰ ਤੁਸੀਂ ਲੱਭਣਾ ਕਿ ਹੁਣ ਸਾਡੇ ਕੋਲ ਆਪਸ਼ਨ ਕੀ ਹੈਗੀ ਹੈ। ਅੱਜ ਦੀ ਡੇਟ 'ਚ ਵੀ ਇਸ ਕੰਟਰੀ ਦੇ ਵਿੱਚ ਇਹਨਾਂ ਨੂੰ ਲੋਕਾਂ ਦੀ ਬਹੁਤ ਜ਼ਿਆਦਾ ਲੋੜ ਹੈ, ਜਗ੍ਹਾ ਖਾਲੀ ਪਈ ਹੈ ਸਾਰੀ ਕੰਟਰੀ 'ਚ। ਬੰਦੇ ਜੇ ਦੇਖ ਲਈਏ, ਯੂਥ ਦੀ ਜੇ ਗੱਲ ਕਰ ਲਈਏ, ਯੂਥ ਅਵੇਲੇਬਲ ਨਹੀਂ ਹੈਗਾ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਅੱਜ ਦੀ ਡੇਟ 'ਚ ਇਮੀਗ੍ਰੈਂਟਸ ਐਂਡ ਸਟੂਡੈਂਟਸ ਜਿਹੜੇ ਵੀਜ਼ੇ ਲੱਗ ਰਹੇ ਨੇ ਉਹ ਅੱਗੇ ਜਾ ਕੇ ਫਿਊਚਰ ਦੇ ਵਿੱਚ ਇਸ ਕੰਟਰੀ ਦੇ ਵਿੱਚ ਉਹਨਾਂ ਨੂੰ ਹੀ PR ਔਰ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਣੀ ਹੈ। ਸੋ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣੇ ਵੀਜ਼ੇ ਅਪਲਾਈ ਕਰਨਾ ਚਾਹੁੰਦੇ ਹੋ, ਡੂ ਨਾਟ ਵੇਟ ਕਿ ਹਾਂ ਕੋਈ ਨਹੀਂ ਦੇਖ ਲੈਂਦੇ ਹਾਂ 26 ਅਕਤੂਬਰ ਨੂੰ ਕੀ ਹੁੰਦਾ, ਉਹ ਦੇਖਣ ਤੋਂ ਬਾਅਦ ਡਿਸਾਈਡ ਕਰਾਂਗੇ ਆਪਾਂ ਵੀਜ਼ਾ ਅਪਲਾਈ ਕਰਨਾ ਕਿ ਨਹੀਂ ਕਰਨਾ। ਹਜੇ ਵੀ ਬਹੁਤ ਸਾਰੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਵੇਲੇਬਿਲਟੀ ਹੈ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ, ਤੁਹਾਡੇ ਬੈਂਡ, ਤੁਹਾਡੇ ਨੰਬਰਾਂ ਦੇ ਅਕੋਰਡਿੰਗਲੀ ਤੁਹਾਨੂੰ ਐਡਮਿਸ਼ਨ ਦਿੱਤੀ ਜਾ ਸਕਦੀ ਹੈ। ਤੁਸੀਂ ਅਕਤੂਬਰ ਇਨਟੇਕ, ਤੁਸੀਂ ਨਵੰਬਰ ਇਨਟੇਕ ਲਈ ਵੀ ਫਾਈਲ ਅਪਲਾਈ ਕਰ ਸਕਦੇ ਹੋ। ਮਹੀਨਾ ਡੇਢ ਮਹੀਨਾ ਅੰਬੈਸੀ ਦੇ ਵਿੱਚ ਰਸ਼ ਬਹੁਤ ਜ਼ਿਆਦਾ, ਮਹੀਨਾ ਡੇਢ ਮਹੀਨਾ ਅੰਬੈਸੀ ਨੂੰ ਫਾਈਲ ਪ੍ਰੋਸੈਸਿੰਗ ਦੇ ਵਿੱਚ ਲੱਗ ਰਿਹਾ। ਸੋ ਉਹ ਸਾਰੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਰਿਸਰਚ ਕਰ ਲਓ ਚੰਗੀ ਤਰ੍ਹਾਂ। ਪੈਸੇ ਪਹਿਲਾਂ ਦੇਣੇ ਹੈ, ਬਾਅਦ 'ਚ ਦੇਣੇ ਹੈ, ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਟੋਰੋਂਟੋ, ਮੋਂਟਰੀਆਲ। ਮੋਂਟਰੀਆਲ ਦੀ ਬਹੁਤ ਜ਼ਿਆਦਾ ਭੇਡ ਚਾਲ ਜਿਹੜੀ ਚੱਲ ਰਹੀ ਹੈ ਕਿ ਹਰ ਸਟੂਡੈਂਟ ਉੱਥੇ ਬੈਠਾ ਕਹਿੰਦਾ ਜੀ ਮੈਨੂੰ ਮੋਂਟਰੀਆਲ ਭੇਜ ਦਿਓ, ਮੋਂਟਰੀਆਲ ਦੇ ਪ੍ਰਾਈਵੇਟ ਕਾਲਜ 'ਚ ਭੇਜ ਦਿਓ। ਕਿਉਂ? ਕਿਉਂਕਿ ਉੱਥੇ ਪੋਸਟ ਸਟੱਡੀ ਵਰਕ ਵੀਜ਼ਾ ਐਲੀਜੀਬਲ ਹੈ। ਮੋਂਟਰੀਆਲ ਦੇ ਵਿੱਚ ਅੱਜ ਦੀ ਡੇਟ 'ਚ ਬਹੁਤ ਸਾਰੇ ਸਟੂਡੈਂਟਸ ਨੂੰ ਮਿਲਿਆ ਜਿਹੜੇ ਮੋਂਟਰੀਆਲ ਦੇ ਵਿੱਚ ਪੜ੍ਹ ਰਹੇ ਨੇ, ਬਟ ਮੋਂਟਰੀਆਲ 'ਚ ਕੰਮ ਨਹੀਂ ਹੈਗਾ, ਕੰਮ ਅਵੇਲੇਬਲ ਨਹੀਂ ਹੈਗਾ। ਮੋਂਟਰੀਆਲ ਦੇ ਵਿੱਚ ਜਿਹੜਾ ਸਟੂਡੈਂਟ ਪੜ੍ਹ ਰਿਹਾ ਉਹਨੂੰ ਕੰਮ ਕਰਨ ਲਈ ਟੋਰੋਂਟੋ ਹੀ ਰਹਿਣਾ ਪੈ ਰਿਹਾ। ਟੋਰੋਂਟੋ ਆਉਂਦਾ ਉਹ ਕੰਮ ਕਰਨ, ਦੋ ਦਿਨ ਤਿੰਨ ਦਿਨ ਜਾ ਕੇ ਮੋਂਟਰੀਆਲ 'ਚ ਕਲਾਸਾਂ ਲਾਉਂਦਾ, ਰਹਿੰਦਾ ਉਹ ਟੋਰੋਂਟੋ ਹੈ। ਕਿਉਂ? ਕਿਉਂਕਿ ਟੋਰੋਂਟੋ ਦੇ ਵਿੱਚ ਹੀ ਕੰਮ ਅਵੇਲੇਬਲ ਹੈਗਾ। ਬਹੁਤ ਸਾਰੇ ਸਟੂਡੈਂਟਸ ਪ੍ਰਾਈਵੇਟ ਕਾਲਜਾਂ 'ਚ ਟੋਰੋਂਟੋ 'ਚ ਪੜ੍ਹ ਰਹੇ ਨੇ। ਕਮਿਊਨਿਟੀ ਕਾਲਜ 'ਚ ਆਏ ਹੋਏ ਸਟੂਡੈਂਟ ਚੇਂਜ ਕਰਕੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਸ਼ਿਫਟ ਹੁੰਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇੱਥੇ ਪੜ੍ਹਾਂਗੇ 2-4 ਸਾਲ ਇੱਥੇ ਪੜ੍ਹ ਕੇ ਉਸ ਤੋਂ ਬਾਅਦ ਆਪਣੀ PR TR ਪਾ ਸਕਦੇ ਹਾਂ। ਪੋਸਟ ਸਟੱਡੀ ਵਰਕ ਵੀਜ਼ਾ ਦੀਆਂ ਜਿਹੜੀਆਂ ਚੀਜ਼ਾਂ ਉੱਥੇ ਬਹਿ ਕੇ ਜਿਹੜੀ ਚੀਜ਼ ਸਟੂਡੈਂਟ ਨੂੰ ਪਤਾ ਲੱਗਦੀ ਹੈ ਉਹ ਉਹੀ ਹੈ ਜਿਹੜੀ ਉਹਨੂੰ ਕੋਈ ਨਾ ਕੋਈ ਦੱਸਦਾ। ਆਪਣੀ ਰਿਸਰਚ ਕਰ ਲਓ, ਆਪਣੀ ਰਿਸਰਚ ਕਰਕੇ ਇੱਥੇ ਚੈੱਕ ਕਰ ਲਓ ਕਿ ਤੁਹਾਨੂੰ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ 'ਚ ਦਾਖਲਾ ਮਿਲਦਾ। ਜੇ ਕਾਲਜ ਦੇ ਵਿੱਚ ਸੀਟਸ ਅਵੇਲੇਬਲ ਨੇ, ਤੁਸੀਂ ਕਿਸੇ ਵੀ ਕਾਲਜ ਜਾਣਾ ਚਾਹੁੰਦੇ ਹੋ, ਜੇ ਤੁਸੀਂ ਉਹਦੇ ਲਈ ਐਲੀਜੀਬਲ ਹੋ ਔਰ ਸੀਟਾਂ ਅਵੇਲੇਬਲ ਹੈ, ਮੈਂ ਹਰ ਕਾਲਜ ਦੇ ਵਿੱਚ ਜਿਹੜੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਊਂਗਾ। ਸੋ ਵੰਸ ਅਗੇਨ ਸਾਰਿਆਂ ਦੀਆਂ ਗੱਲਾਂ ਸੁਣ ਲਓ, ਹਰ ਬੰਦਾ ਆਪਣਾ ਆਪਣਾ ਢੋਲ ਵਜਾ ਰਿਹਾ, ਪੈਸੇ ਪਹਿਲਾਂ ਦੇਣੇ ਆ ਬਾਅਦ 'ਚ ਦੇਣੇ ਆ, ਆਪਣੀ ਸਲਾਹ।
ਸਿਟੀ ਦੇ ਵਿੱਚ, ਮੋਂਟਰੀਅਲ ਦੇ ਵਿੱਚ, ਟੋਰਾਂਟੋ ਦੇ ਵਿੱਚ, ਵੈਨਕੂਵਰ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਉਸ ਤੋਂ ਬਾਅਦ ਸਟੈਪ ਲਓ। ਬਟ ਅਗੇਨ ਰੂਲਸ ਜਿਹੜੇ ਹੈਗੇ ਆ ਉਹ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਣਾ ਕਿ ਰੂਲਸ ਜਿਹੜੇ ਬਹੁਤ ਜਲਦੀ ਚੇਂਜ ਹੋ ਜਾਣੇ ਆ। ਸਖਤੀ ਜਿਹੜੀ ਆ ਕੈਨੇਡਾ ਦੇ ਸਟੂਡੈਂਟ ਵੀਜ਼ੇ ਦੇ ਵਿੱਚ ਹੋਰ 2 ਮਹੀਨਿਆਂ ਦੀ ਗੱਲ ਹੈ, 2 ਮਹੀਨਿਆਂ ਤੱਕ ਇਹ ਸਖਤਾਈ ਇੰਨੀ ਕੁ ਜ਼ਿਆਦਾ ਹੋ ਜਾਣੀ ਹੈ ਕਿ ਜੋ ਅੱਜ ਤੁਸੀਂ ਦੇਖਦੇ ਹੋ ਅੱਜ ਦੀ ਡੇਟ 'ਚ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ ਅਤੇ ਇੱਕ ਚੰਗੇ ਪ੍ਰੋਫਾਈਲ 'ਤੇ ਵੀਜ਼ਾ ਲੱਗਦਾ। ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹਰ ਬੰਦੇ ਦਾ ਵੀਜ਼ਾ ਨਹੀਂ ਜੇ ਲੱਗਦਾ, ਜੇ ਆਇਲਟਸ 'ਚ ਨੰਬਰ ਘੱਟ ਨੇ ਜਾਂ ਪੜ੍ਹਾਈ 'ਚ ਨੰਬਰ ਘੱਟ ਨੇ ਉਹਦਾ ਵੀਜ਼ਾ ਨਹੀਂ ਜੇ ਲੱਗਦਾ, ਕਿਸੇ ਵੀ ਵੈਟ ਕੋਰਸ ਦੇ ਵਿੱਚ ਵੀਜ਼ਾ ਨਹੀਂ ਲੱਗਦਾ। ਵੀਜ਼ਾ ਲੱਗਣਾ ਜੇ ਤੁਸੀਂ ਚੰਗੀ ਯੂਨੀਵਰਸਿਟੀ ਦੇ ਵਿੱਚ ਬੈਚਲਰਸ ਜਾਂ ਮਾਸਟਰਸ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਤਾਂ ਵੀਜ਼ਾ ਲੱਗਦਾ, ਨਹੀਂ ਤਾਂ ਨਹੀਂ ਲੱਗਦਾ। ਅਤੇ ਇਹੀ ਹਾਲ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦਾ ਹੋਣ ਵਾਲਾ, ਫਿਰ ਉਸ ਤੋਂ ਬਾਅਦ ਮੌਕਾ ਨਹੀਂ ਜੇ ਮਿਲਣਾ। ਸੋ ਦਿਸ ਇਜ਼ ਦਾ ਲਾਸਟ ਓਪਰਚੁਨਿਟੀ, ਜੇ ਕੋਈ ਵੀ ਮੇਰਾ ਵੀਰ ਭਰਾ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਕੋਈ ਵੀ ਕੁਐਸਚਨਸ ਨੇ, ਕੋਈ ਵੀ ਉਹਦੇ ਬਾਰੇ ਸਵਾਲ ਨੇ, ਕੋਈ ਵੀ ਡਾਊਟ ਨੇ, ਉਹ ਤੁਸੀਂ ਮੈਨੂੰ ਫੇਸਬੁੱਕ ਦੇ ਰਾਹੀਂ ਮੈਸੇਜ ਪਾ ਸਕਦੇ ਹੋ, ਵਟਸਐਪ ਦੇ ਰਾਹੀਂ ਪਾ ਸਕਦੇ ਹੋ। 9161 9167 ਨੰਬਰ 'ਤੇ ਵਟਸਐਪ ਚੱਲਦਾ ਮੇਰੇ ਕੋਲ, ਉਹਦੇ 'ਤੇ ਪਾ ਕੇ ਆਪਣੇ ਜਵਾਬ ਲੈ ਸਕਦੇ ਹੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।